ਹੈਲੋ ਗਾਇਜ਼, ਗੁੱਡ ਮਾਰਨਿੰਗ ਸਾਰਿਆਂ ਨੂੰ। ਕਹਿੰਦੇ ਸਾਰੇ ਕੀ ਹਾਲ ਚਾਲ ਤੇ ਕਹਿੰਦੇ, ਅੱਜ ਸਾਡਾ ਬਣਿਆ ਕ੍ਰਿਕਟ ਦਾ ਪਲਾਨ ਅਤੇ ਫਿਲਹਾਲ ਵੱਜੇ ਨੇ 5:30, ਨਹੀਂ 6:45 ਹੋ ਚੁੱਕੇ ਨੇ, ਸਵੇਰ ਦੇ, ਸ਼ਾਮ ਦੇ ਨਹੀਂ ਹੈਗੇ, ਸਵੇਰ ਦੇ ਨੇ। ਬਾਹਰ ਜਾ ਕੇ ਤੁਹਾਨੂੰ ਦਿਖਾਉਂਦਾ ਮੈਂ, ਅਤੇ ਆਪਾਂ ਬੈਗ ਪੈਕ ਕਰ ਲਿਆ ਆਪਾਂ, ਅਤੇ ਲੈਸ ਕੁਛ ਚੱਲਦੇ ਆਪਾਂ, ਤੁਹਾਨੂੰ ਗਰਾਊਂਡ 'ਚ ਮਿਲਦਾ ਜਾ ਕੇ, ਤੁਹਾਨੂੰ ਸਾਰੀ ਟੀਮ ਨਾਲ ਤੁਸੀਂ ਕ੍ਰਿਕਟ ਖੇਡਣਾ ਲੈਸ। ਅਤੇ ਸਾਡੇ ਸਾਰੇ ਸਟੋਰ ਦੇ ਜਿਹੜੇ ਮੇਰੇ ਟੀਮਮੇਟਸ ਨੇ ਉਹ ਆ ਰਹੇ ਨੇ ਸਾਰੇ, ਅਤੇ ਮੁੱਲਾਪੁਰ ਜਾਣਾ ਆਪਾਂ, ਮੁੱਲਾਪੁਰ ਵਾਲੇ ਗਰਾਊਂਡ ਕ੍ਰਿਕਟ ਖੇਡਦੇ ਜਾ ਕੇ। ਮੈਨੂੰ ਪਹਿਲਾਂ ਵੀ ਗਏ ਸੀ ਉੱਧਰ, ਵਲੌਗ ਨਹੀਂ ਬਣਾਇਆ ਸੀ ਨਾ, ਪਰ ਮੈਂ ਸੋਚਿਆ ਅੱਜ ਜ਼ਰੂਰ ਬਣਾਉਂਦਾ ਮੈਂ, ਅਤੇ ਲੈਸ ਕੁਛ ਚਲੋ ਚੱਲਦੇ ਹਾਂ ਆਪਾਂ, ਉੱਥੇ ਜਾ ਕੇ ਮਿਲਦਾ ਤੁਹਾਨੂੰ। ਹਾਂਜੀ ਗਾਈ, ਗਰਾਊਂਡ ਵਿੱਚ ਪਹੁੰਚ ਚੁੱਕੇ ਹਾਂ, 6:15 ਹੋ ਗਿਆ ਟਾਈਮ, ਮੈਂ 6:30 ਤੱਕ ਆ ਜਾਣਾ ਮੋਸਟਲੀ ਸਾਰਿਆਂ ਨੇ ਦੇਖੋ, ਅਤੇ ਹੋਰ ਵੀ ਕਾਫੀ ਲੋਕ ਆਉਂਦੇ ਆ ਰਨਿੰਗ ਵਗੈਰਾ ਕਰਨ। ਚਲੋ ਆਪਾਂ ਪਿੱਚ 'ਤੇ ਜਾ ਖੜ੍ਹਦੇ ਹਾਂ, ਕਿਉਂਕਿ ਇੱਥੇ ਹੋਰ ਵੀ ਲੋਕ ਆਉਂਦੇ ਹੁੰਦੇ ਆ ਨਾ। ਲਾਸਟ ਟਾਈਮ ਸਾਡੀ ਲੜਾਈ ਹੋ ਗਈ ਥੋੜ੍ਹੀ ਜਿਹੀ, ਉਹ ਕਹਿੰਦੇ ਅਸੀਂ ਖੇਡਣਾ, ਅਸੀਂ ਕਿਹਾ ਅਸੀਂ ਖੇਡਣਾ, ਮੈਂ ਥੋੜ੍ਹਾ ਜਲਦੀ ਆ ਗਿਆ ਸੀ ਤਾਂ ਕਰਕੇ ਫਿਰ ਅਸੀਂ ਖੇਡ ਲਏ ਸੀਗੇ। ਚਲੋ ਅੱਜ ਵੀ ਥੋੜ੍ਹਾ ਆਪਾਂ ਜਲਦੀ ਆ ਗਏ, ਚੱਲ ਕੇ ਬਹਿੰਦੇ ਉੱਥੇ ਪਿੱਚ 'ਤੇ। ਹਾਂਜੀ ਮੇਰੀ ਹੁਣੇ ਗੱਲ ਹੋ ਗਈ ਸਾਰਿਆਂ ਨਾਲ, ਬਸ 5-10 ਮਿੰਟ 'ਚ ਆ ਜਾਣਾ ਸਾਰਿਆਂ ਨੂੰ, ਰਾਹ 'ਚ ਹੀ ਨੇ ਕਹਿੰਦੇ, ਫਿਰ ਆਪਾਂ ਕਰਦੇ ਹਾਂ ਸ਼ੁਰੂ ਕ੍ਰਿਕਟ। ਇੱਥੇ ਮੰਨਣੀ ਪੈਂਦੀ ਹੈ ਪਿੱਚ ਆ ਕੇ ਪਹਿਲਾਂ, ਆਪਾਂ ਮੰਨ ਲਈ ਬਸ, ਹੁਣ ਦੇਖਦੇ ਹਾਂ ਜੇ ਕੋਈ ਹੋਰ ਆਉਂਦਾ। ਲਾਸਟ ਟਾਈਮ ਤਾਂ ਮਾੜੀ ਹੋ ਗਈ ਸੀਗੀ ਸਾਡੀ ਲੜਾਈ, ਉਹ ਸੀਗੇ ਕਾਫੀ 12-13 ਬੰਦੇ ਸੀ, ਤਾਂ 5-6 ਬੰਦੇ ਸੀ, ਉਹ ਸਾਡੇ ਅੱਧੇ ਆ ਰਹੇ ਸੀ ਹਲੇ, ਅਤੇ ਦੇਖੋ ਹੋਪ ਤੋਂ ਐਤਕੀ ਆ ਜਾਣ। ਅਤੇ ਵੈਸੇ ਕਿ ਪਹਿਲਾਂ ਗੱਲ ਕਰ ਲਈ ਸੀਗੀ ਜੀ ਉਹਨਾਂ ਨਾਲ, ਅਤੇ ਮੈਨੂੰ ਲੱਗਦਾ ਨਹੀਂ ਕੁਛ ਇੱਦਾਂ ਦਾ ਹੋਊਗਾ, ਬਾਕੀ ਜੇ ਹੋਊਗਾ ਤੁਹਾਨੂੰ ਜ਼ਰੂਰ ਦਿਖਾਊਂਗਾ ਮੈਂ ਵੀ ਲਾਸਟ ਟਾਈਮ ਕੀ ਹੋਇਆ ਸੀ, ਉਹਦਾ ਥੋੜ੍ਹਾ ਹਾਈਲਾਈਟ ਤੁਹਾਨੂੰ ਲੱਗ ਜੂ ਪਤਾ। ਚਲੋ ਵੇਟ ਕਰਦੇ 5-10 ਮਿੰਟ, ਫਿਰ ਦੇਖਦੇ ਹਾਂ। ਗਾਈ ਸਾਡੇ 6 ਪਲੇਅਰ ਆ ਚੁੱਕੇ ਨੇ, ਦੇਖੋ ਗਾਰਡ ਜੀ ਨਾਮ ਦੱਸੋ ਆਪਣਾ। ਆ ਅਭਿਸ਼ੇਕ ਭਾਜੀ, ਉਹ ਪੀਪੀ ਬੱਲੀ ਭਾਜੀ ਕਿਵੇਂ ਹੋ, ਲੇਟ ਹੋ ਗਏ ਤੁਸੀਂ? ਚੰਦਰਮੁਖੀ ਹੈ ਕਿਉਂ, ਚੰਦਰਮੁਖੀ ਕਾਹਤੋਂ? ਇਹ ਕਿੱਦਾਂ ਹੋਏ ਜਾਗਦਾ ਸੀ ਅੱਜ ਸਵੇਰੇ ਜਾਗ ਪਿਆ। ਸਹੀ ਗੱਲ, ਉਹ ਸੂਰਜਮੁਖੀ ਹੁੰਦਾ ਉਹ ਤਾਂ ਭਾਜੀ, ਬੋਲ ਸਹੀ ਕਿਸੇ ਕੋਲ, ਉਹਦਾ ਸੂਰਜਮੁਖੀ ਨਹੀਂ ਹੁੰਦਾ ਵੀ ਸਵੇਰੇ ਜਾਗਦਾ ਅੰਦਰ। ਅੱਛਾ ਨੰਗੇ ਪੈਰ ਗੇੜੇ ਕੱਢਦੇ ਪਏ, ਆ ਗਿਆ ਰਵੀ ਭਲਵਾਨ ਸਾਡਾ, ਹਾਏ ਗੌਰਵ ਕੈਸੇ ਹੋ, ਗੌਰਵ ਪਾ ਕੇ ਆਇਆ ਪੂਰਾ ਕੋਟ ਸੈਟ, ਇਹ ਲਾਊ ਛੱਕੇ ਅੱਜ। ਚਲੋ ਬਾਕੀ ਬੰਦੇ ਵੀ ਆ ਜਾਣ ਯਾਰ, ਹੁਣ ਨੰਗੇ ਪੈਰ ਗੇੜੇ ਕੱਢ ਰਹੇ ਨੇ ਆਪਣੇ ਅੱਧੇ ਬੰਦੇ। ਬੋਲੇ ਹੈ, ਬੋਲੇ ਸਭਕੇ ਪਾਸ ਹੈ ਬਾਈ। ਰਵੀ ਮੈਂ ਤਾਂ ਐਂਡ 'ਚ ਹੀ ਆਉਣਾ, ਮੈਂ ਤਾਂ ਬਹਿ ਜਾਂਦਾ। ਵਿਸ਼ਨੂੰ ਵੀ ਹੈਗਾ, ਵਿਸ਼ਨੂੰ ਇੰਪੈਕਟ ਪਲੇਅਰ, ਉਹਦਾ ਪਤਾ ਨਹੀਂ ਕੀ ਕਰੂਗਾ। ਮੈਂ ਆ ਜਿੱਤੋਗੇ ਆਪ ਬਸ, ਕੀ ਹੋ ਗਿਆ? ਹਾਂਜੀ ਗਾਈ, ਸਾਡੀ ਬੋਲਿੰਗ ਹੋ ਚੁੱਕੀ ਆ, ਹੁਣ ਆ ਗਈ ਸਾਡੀ ਬੈਟਿੰਗ ਦੀ ਵਾਰੀ। ਸਾਡੇ ਪਲੇਅਰ ਤਿਆਰ ਨੇ, ਮਿਸਟਰ ਗੌਰਵ ਸਿੰਘ,
ਉਹ ਪਾਪਾ ਸਿੰਘ ਹੀ ਕਹਿਣਾ, ਸਿੰਘ ਕਹਿੰਦਾ ਮਿਸਟਰ ਗੌਰਵ ਜੈਨ ਛੱਕੇ ਦੀ ਤਿਆਰੀ 'ਚ। ਜਗਦੀਪ ਜੀ ਕਰਾ ਰਹੇ ਨੇ ਬੋਲਿੰਗ, ਵਿਸ਼ਨੂੰ ਜੀ ਦੇਖੋ ਸਤੋਰ ਦੇਖੋ ਇਹਨਾਂ ਦੀ, ਇਹ ਕੀਪਰ ਹੈ, ਇਹ ਐਂ ਖੜਦਾ ਸਿੱਧਾ ਕੀਪਰ, ਪਹਿਲਾ ਕੀਪਰ ਹੈ। ਉੱਧਰ ਰਨ ਹੈ ਉਹ ਤੋਂ, ਹਾਂ ਉਹ ਵਾਲੇ ਤੋਂ। ਗੌਰਵ ਤੇਰੇ ਕੋਲ ਇੱਕ ਓਵਰ ਆ, ਜਿੰਨੇ ਛੱਕੇ ਲਾਉਣੇ ਲਾ ਲਾ, ਠੀਕ ਆ। ਚਲੋ ਭੱਜੋ ਭੱਜੋ ਭੱਜੋ, ਬਹੁਤ ਵਧੀਆ, ਨਾਈਸ ਨਾਈਸ। ਲੈ ਕੇ ਆ ਰਹੇ ਹਾਂ ਟੀਮ ਦਾ, ਸਪੋਰਟ ਕਰ ਰਹੇ ਹਾਂ ਟੀਮ ਮੇਟਸ ਦਾ। ਮਿਸਟਰ ਰਵੀ ਔਨ ਦਾ ਬੈਟਿੰਗ, ਭੱਜੋ ਭੱਜੋ ਭੱਜੋ, ਉਹ ਦੋ ਦੋ ਦੋ, ਮੁੜ ਜਾਓ ਮੁੜ ਜਾਓ ਮੁੜ ਜਾਓ, ਨਹੀਂ ਨਹੀਂ ਰਹਿਣ ਦਿਓ ਰਹਿਣ ਦਿਓ, ਦੋ ਦੇ ਰੱਖਿਆ ਕਰੋ ਪਹਿਲਾਂ ਭਾਜੀ। ਦੁਬਾਰਾ ਤੋਂ ਹੈਲਪ ਕਰਦੇ ਹੋਏ ਹਾਂਜੀ ਗਾਈਜ਼, ਅਸੀਂ ਜਿੱਤ ਚੁੱਕੇ ਹਾਂ, ਹਾਰੀ ਹੋਈ ਟੀਮ ਦੇਖੋ ਸ਼ਕਲ ਇਹਨਾਂ ਦੀ, ਇਹ ਵਿਨਿੰਗ ਟੀਮ। ਚਲੋ ਟੌਸ ਹੋ ਰਿਹਾ ਦੂਜੇ, ਸੈਕਿੰਡ ਮੈਚ ਲਈ ਟੌਸ ਹੋ ਰਿਹਾ, ਵਿਸ਼ਨੂੰ ਸਾਈਡ ਕਰੋ ਕਰੋ, ਕੋਈ ਨਹੀਂ, ਵੀ ਲਾਈਕ ਟੂ ਚੇਸ। ਚਲੋ ਗਾਈਜ਼ ਦੁਬਾਰਾ ਬੋਲਿੰਗ ਕਰਾਉਂਦੇ ਹਾਂ ਅਸੀਂ, ਬੈਟਿੰਗ ਤਾਂ ਆਈ ਨਹੀਂ ਮੇਰੀ ਸਾਲੀ। ਪਤਾ ਨਾ ਕੀ ਕਰਨਾ ਆਪਣੇ ਆਪ ਹੀ ਆ ਗਿਆ, ਉਧਰ ਦੇਖ ਲੋ ਬਈ। ਮੈਚ ਸਾਡੇ ਖਤਮ ਹੋ ਚੁੱਕਿਆ, ਬਹੁਤ ਜ਼ਿਆਦਾ ਥੱਕ ਹਾਰ ਚੁੱਕੇ ਹਾਂ, ਚਾਰ ਮੈਚ ਖੇਡੇ ਟੋਟਲ, ਅਤੇ ਹੁਣ ਜਾ ਰਹੇ ਹਾਂ। ਆਹ ਦੇਖੋ ਟੀਮ ਅੱਧੀ ਜਾ ਚੁੱਕੀ ਹੈ ਉਹ ਉੱਥੇ ਗੱਡੀ 'ਚ, ਚਲੋ ਬਾਈ ਚੱਲਦੇ ਹਾਂ। ਮੈਂ ਜਾ ਰਿਹਾ ਹੁਣ ਰਿਫਰੈਸ਼ ਹੁਣ ਪੂਲ, ਫਿਰ ਉਹ ਤੋਂ ਬਾਅਦ ਜਾਣਾ ਸਟੋਰ ਕੰਮ 'ਤੇ ਆਪਾਂ, ਲੈਸ ਕੋਈ ਚੱਲਦੇ ਹਾਂ, 9:30 ਵਜੇ ਹਾਲੇ, ਬੁਰਾ ਹਾਲ ਹੋ ਚੁੱਕਿਆ।